ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ ਸਾਹਿਬਾਨ ਦੇ ਵੱਲੋਂ ਹੁਣ ਤੱਕ ਆਪਣੇ ਦੇਸ਼ ਦੇ ਵਾਸੀਆਂ ਨੂੰ ਬਚਾਉਣ ਦੇ ਲਈ, ਇਸ ਮਹਾਮਾਰੀ ਦੇ ਵਿੱਚੋਂ ਕੱਢਣ ਦੇ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਆ। ਉਹਨਾਂ ਦੇਸ਼ਾਂ ਦੇ ਨਾਲ ਭਾਰਤ ਦੇ ਤੁਲਨਾ ਕਰਕੇ ਦੇਖਦੇ ਹਾਂ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਆ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੋਰੋਨਾ ਦੀ ਮਹਾਮਾਰੀ ਤੋਂ ਬਾਅਦ, ਇਸ ਤੋਂ ਕੁਝ ਕੁ ਦਿਨ ਪਹਿਲਾਂ ਆਪਾਂ ਜਾਣਦੇ ਜੀ ਕਿ ਤਾਲੀ ਅਤੇ ਥਾਲੀ ਦਾ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਇਸ ਵਕਤ ਜੋ ਦੇਸ਼ ਦੇ ਵਿੱਚ ਜਵਾਨ ਨੇ, ਭਾਵੇਂ ਉਹ ਡਾਕਟਰ ਨੇ, ਭਾਵੇਂ ਨਰਸਾਂ ਨੇ, ਭਾਵੇਂ ਪੁਲਿਸ ਕਰਮਚਾਰੀ ਨੇ, ਭਾਵੇਂ ਹੋਰ ਨੇ, ਉਹਨਾਂ ਦਾ ਹੌਸਲਾ ਵਧਾਉਣਾ, ਆਪਾਂ ਹੌਸਲਾ ਅਫਜ਼ਾਈ ਕਰਨੀ ਹੈ। ਦੇਸ਼ ਵਾਸੀਆਂ ਨੇ ਤਾੜੀਆਂ ਵੀ ਬਹੁਤ ਮਾਰੀਆਂ, ਦੇਸ਼ ਵਾਸੀਆਂ ਨੇ ਭੰਗੜਾ ਵੀ ਬਹੁਤ ਪਾਇਆ, ਦੇਸ਼ ਵਾਸੀਆਂ ਨੇ ਥਾਲੀਆਂ ਵੀ ਬਹੁਤ ਖੜਕਾਈਆਂ, ਪਰ ਚਲੋ ਅਸੀਂ ਇਸ ਗੱਲ ਨੂੰ ਮੰਨਿਆ ਕਿ ਹੌਸਲਾ ਅਫਜ਼ਾਈ ਕੀਤੀ, ਕਰਨੀ ਵੀ ਚਾਹੀਦੀ ਹੈ ਜਿਹੜੇ ਲੋਕ ਇਸ ਵਕਤ ਮੁਸੀਬਤ ਦੇ ਨਾਲ ਮੱਥਾ ਲਾ ਕੇ ਖੜੇ ਆ। ਇਸ ਵਕਤ ਜਦੋਂ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਇਸ ਵਕਤ ਜਦੋਂ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ, ਜਦੋਂ ਮੌਤਾਂ ਦੀ ਦਰ ਵੱਧ ਰਹੀ ਹੈ, ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਨਵੀਂ ਕੱਚ ਦੇ ਵਿੱਚੋਂ ਮੁੰਗਲੀ ਕੱਢ ਮਾਰੀ ਹੈ ਜਿਹਦੇ ਉੱਤੇ ਹੈਰਾਨੀ ਹੁੰਦੀ ਹੈ। ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ 5 ਅਪ੍ਰੈਲ ਨੂੰ ਰਾਤ ਦੇ 9:09 ਦੇ ਲਈ ਤੁਸੀਂ ਘਰਾਂ ਬੱਤੀਆਂ ਬੰਦ ਕਰਕੇ ਮੋਮਬੱਤੀਆਂ, ਲਾਲਟਨਾਂ, ਟੌਰਚਾਂ ਜਾਂ ਦੀਵੇ ਬਾਲੋ ਅਤੇ ਇਹਦੇ ਨਾਲ ਕੋਰੋਨਾ ਦੀ ਚੇਨ ਟੁੱਟ ਜਾਣੀ ਹੈ। ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਕਿ ਕੀ ਇੱਦਾਂ ਵੀ ਚੇਨ ਟੁੱਟਦੀ ਹੈ ਕਿ ਕੋਰੋਨਾ ਨੂੰ ਖਤਮ ਕਰਨ ਦੇ ਲਈ ਇਹ ਕੋਈ ਤਰੀਕਾ ਹੈ। ਇਸ ਵਕਤ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਦੇ ਉੱਤੇ ਵੀ ਟਿਕੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਜੋ ਕੁਝ ਪੰਜਾਬ ਅਤੇ ਸਮੁੱਚੇ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਾਅਦ ਹੋ ਰਿਹਾ, ਉਹਦੇ ਬਾਬਤ ਕੁਝ ਕੁ ਵਲਵਲੇ ਸਾਂਝੇ ਕਰਨ ਨੂੰ ਜੀ ਕੀਤਾ। ਵੱਖ ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ ਸਾਹਿਬਾਨ ਦੇ ਵੱਲੋਂ ਹੁਣ ਤੱਕ ਆਪਣੇ ਦੇਸ਼ ਦੇ ਵਾਸੀਆਂ ਨੂੰ ਬਚਾਉਣ ਦੇ ਲਈ, ਇਸ ਮਹਾਂਮਾਰੀ ਦੇ ਵਿੱਚੋਂ ਕੱਢਣ ਦੇ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਆ। ਲੋਕਾਂ ਨੂੰ ਬਚਾਅ ਦੇ ਤਰੀਕੇ ਵੀ ਦੱਸੇ ਗਏ ਆ ਅਤੇ ਜਿਹੜੇ ਲੋਕ ਇਸ ਮੁਸੀਬਤ ਦੇ ਵਿੱਚ ਫਸ ਗਏ ਆ ਉਹਨਾਂ ਦੀ ਇਲਾਜ ਪ੍ਰਣਾਲੀ ਦੇ ਲਈ ਬਹੁਤ ਕੁਝ ਕੀਤਾ ਗਿਆ। ਜਿਹੜੇ ਲੋਕ ਬੇਰੁਜ਼ਗਾਰ ਹੋ ਗਏ ਜਾਂ ਜਿਹੜੇ ਲੋਕਾਂ ਨੇ ਰੁਜ਼ਗਾਰ ਦੇ ਵਸੀਲੇ ਦੂਜਿਆਂ ਵਾਸਤੇ ਮੁਹੱਈਆ ਕਰਵਾਏ ਸੀ ਪਰ ਇਸ ਵਕਤ ਉਹਨਾਂ ਦੇ ਕਾਰੋਬਾਰ ਬੰਦ ਪਏ ਆ, ਉਹਨਾਂ ਦੇ ਵਾਸਤੇ ਵੀ ਰਕਮ ਦਾ ਐਲਾਨ ਕੀਤਾ ਗਿਆ। ਪਰ ਜਦੋਂ ਅਸੀਂ ਉਹਨਾਂ ਦੇਸ਼ਾਂ ਦੇ ਨਾਲ ਭਾਰਤ ਦੇ ਤੁਲਨਾ ਕਰਕੇ ਦੇਖਦੇ ਹਾਂ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਆ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੋਰੋਨਾ ਦੀ ਮਹਾਮਾਰੀ ਤੋਂ ਬਾਅਦ, ਇਸ ਤੋਂ ਕੁਝ ਕੁ ਦਿਨ ਪਹਿਲਾਂ ਆਪਾਂ ਜਾਣਦੇ ਜੀ ਕਿ ਤਾਲੀ ਅਤੇ ਥਾਲੀ ਦਾ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਇਸ ਵਕਤ ਜੋ ਦੇਸ਼ ਦੇ ਵਿੱਚ ਜਵਾਨ ਨੇ, ਭਾਵੇਂ ਉਹ ਡਾਕਟਰ ਨੇ, ਭਾਵੇਂ ਨਰਸਾਂ ਨੇ, ਭਾਵੇਂ ਪੁਲਿਸ ਕਰਮਚਾਰੀ ਨੇ, ਭਾਵੇਂ ਹੋਰ ਨੇ, ਉਹਨਾਂ ਦਾ ਹੌਸਲਾ ਵਧਾਉਣਾ, ਆਪਾਂ ਹੌਸਲਾ ਅਫਜ਼ਾਈ ਕਰਨੀ ਹੈ। ਦੇਸ਼ ਵਾਸੀਆਂ ਨੇ ਤਾੜੀਆਂ ਵੀ ਬਹੁਤ ਮਾਰੀਆਂ, ਦੇਸ਼ ਵਾਸੀਆਂ ਨੇ ਭੰਗੜਾ ਵੀ ਬਹੁਤ ਪਾਇਆ, ਦੇਸ਼ ਵਾਸੀਆਂ ਨੇ ਥਾਲੀਆਂ ਵੀ ਬਹੁਤ ਖੜਕਾਈਆਂ, ਪਰ ਚਲੋ ਅਸੀਂ ਇਸ ਗੱਲ ਨੂੰ ਮੰਨਿਆ ਕਿ ਹੌਸਲਾ ਅਫਜ਼ਾਈ ਕੀਤੀ, ਕਰਨੀ ਵੀ ਚਾਹੀਦੀ ਹੈ ਜਿਹੜੇ ਲੋਕ ਇਸ ਵਕਤ ਮੁਸੀਬਤ ਦੇ ਨਾਲ ਮੱਥਾ ਲਾ ਕੇ ਖੜੇ ਆ। ਪਰ ਇਸ ਵਕਤ ਜਦੋਂ ਮਹਾਂਮਾਰੀ ਵੱਧ ਰਹੀ ਹੈ ਭਾਰਤ ਦੇ ਵਿੱਚ, ਇਸ ਵਕਤ ਜਦੋਂ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਇਸ ਵਕਤ ਜਦੋਂ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ, ਜਦੋਂ ਮੌਤਾਂ ਦੀ ਦਰ ਵੱਧ ਰਹੀ ਹੈ, ਉਸ ਵਕਤ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਨਵੀਂ ਕੱਚ ਦੇ ਵਿੱਚੋਂ ਮੁੰਗਲੀ ਕੱਢ ਮਾਰੀ ਹੈ ਜਿਹਦੇ ਉੱਤੇ ਹੈਰਾਨੀ ਹੁੰਦੀ ਹੈ। ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ 5 ਅਪ੍ਰੈਲ ਨੂੰ ਰਾਤ ਦੇ 9:09 ਦੇ ਲਈ ਤੁਸੀਂ ਘਰਾਂ ਦੀਆਂ ਬੱਤੀਆਂ ਬੰਦ ਕਰਕੇ ਮੋਮਬੱਤੀਆਂ, ਲਾਲਟਨਾਂ, ਟੌਰਚਾਂ ਜਾਂ ਦੀਵੇ ਬਾਲੋ ਅਤੇ ਇਹਦੇ ਨਾਲ ਕੋਰੋਨਾ ਦੀ ਚੇਨ ਟੁੱਟ ਜਾਣੀ ਹੈ। ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਕਿ ਕੀ ਇੱਦਾਂ ਵੀ ਚੇਨ ਟੁੱਟਦੀ ਹੈ, ਕੀ ਇੱਦਾਂ ਵੀ ਲੜੀ ਟੁੱਟ ਸਕਦੀ ਹੈ ਕੀ ਕੋਰੋਨਾ ਨੂੰ ਖਤਮ ਕਰਨ ਦੇ ਲਈ ਇਹ ਕੋਈ ਤਰੀਕਾ ਹੈ। ਇਸ ਵਕਤ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਦੇ ਉੱਤੇ ਵੀ ਟਿੱਕੀਆਂ। ਜੇਕਰ ਅਸੀਂ ਭਾਰਤ ਦੇ ਵਿੱਚ ਬੈਠ ਕੇ ਇਹ ਗੱਲ ਕਹਿੰਦੇ ਹਾਂ ਕਿ ਅਮਰੀਕਾ ਕੀ ਕਹਿ ਰਿਹਾ, ਚੀਨ ਕੀ ਕਹਿ ਰਿਹਾ, ਇਟਲੀ ਕੀ ਕਹਿ ਰਿਹਾ, ਨਿਊਜ਼ੀਲੈਂਡ ਕੀ ਕਹਿ ਰਿਹਾ, ਆਸਟ੍ਰੇਲੀਆ ਕੀ ਕਹਿ ਰਿਹਾ, ਤਾਂ ਉਸ ਵਕਤ ਉਹਨਾਂ ਦੇਸ਼ਾਂ ਦੇ ਲੋਕ ਵੀ ਤਾਂ ਇਹ ਦੇਖਦੇ, ਸੁਣਦੇ ਅਤੇ ਪਰਖਦੇ ਹੋਣਗੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਸ ਮੁਤਲਕ ਕੀ ਕਹਿ ਰਹੇ ਆ। ਇਹ ਬਚਕਾਨਾ ਗੱਲਾਂ, ਇਹ ਹਾਸੋਹੀਣੀਆਂ ਗੱਲਾਂ ਜਗ ਹਸਾਈ ਦਾ ਪਾਤਰ ਬਣਦੀਆਂ ਕਿ ਭਾਰਤ ਦੀ ਅਗਵਾਈ ਕਰਨ ਵਾਲੇ ਲੋਕ ਕਿਹੋ ਜਿਹੀਆਂ ਬਾਤਾਂ ਪਾ ਰਹੇ ਆ। ਜੇਕਰ ਘਰਾਂ ਦੇ ਦੀਵੇ ਬੁਝਾਉਣ ਦੇ ਨਾਲ, ਜੇਕਰ ਬੱਤੀਆਂ ਬੰਦ ਕਰਨ ਦੇ ਨਾਲ ਇਹ ਮਸਲੇ ਹੱਲ ਹੁੰਦੇ ਤਾਂ ਫਿਰ ਹੁਣ ਤੱਕ ਇਹ ਬਹੁਤ ਚਿਰ ਪਹਿਲਾਂ ਹੀ ਹੱਲ ਹੋ ਜਾਣੇ ਸੀ। ਅਮਰੀਕਾ ਦੇ ਵਿੱਚ ਕਿੰਨੀ ਵੱਡੀ ਮਹਾਂਮਾਰੀ ਹੈ,
ਨਿਊਯਾਰਕ ਦੇ ਵਿੱਚ ਲਾਸ਼ਾਂ ਦੇ ਢੇਰ ਲੱਗੀ ਜਾਂਦੇ ਆ, ਹਸਪਤਾਲ ਮੁਰਦਾ ਘਰ ਬਣਦੇ ਜਾ ਰਹੇ ਆ। ਸੋ ਉੱਥੇ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਚੇਨ ਤੋੜਨ ਦੇ ਲਈ ਜੇਕਰ ਬੱਤੀਆਂ ਬੰਦ ਕਰ ਦਿੱਤੀਆਂ ਜਾਂਦੀਆਂ, ਦੀਵੇ ਜਗਾ ਲਏ ਜਾਂਦੇ ਤਾਂ ਗੱਲ ਹੀ ਖਤਮ ਹੋ ਜਾਣੀ ਸੀ। ਇਸ ਵਕਤ ਸਮੇਂ ਨੂੰ ਪਛਾਣਨਾ ਸਾਡੀਆਂ ਸਰਕਾਰਾਂ ਦੇ ਹਿੱਸੇ ਦੇ ਵਿੱਚ ਆਇਆ ਨਹੀਂ, ਜਾਂ ਫਿਰ ਸਰਕਾਰਾਂ ਜਿਹੜੀਆਂ ਸਾਡੀਆਂ ਉਹ ਲੋਕਾਂ ਨੂੰ ਇਸ ਕਦਰ ਮੂਰਖ ਸਮਝਦੀਆਂ ਕਿ ਜੋ ਮਰਜ਼ੀ ਕਹਿ ਦਿਓ ਇਹਦੇ ਨਾਲ ਕੀ ਫਰਕ ਪੈਂਦਾ। ਪਰ ਇੱਕ ਪਾਸੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਅਵੱਲੀਆਂ ਗੱਲਾਂ ਕਰਦੇ ਆ, ਤਾਂ ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਉਹ ਸੱਚੀ ਮੁੱਚੀ ਗੱਚ ਭਰ ਆਉਂਦਾ, ਉਹਨਾਂ ਨੂੰ ਚੇਤੇ ਕਰਕੇ ਕਾਲਜ ਦਾ ਰੁੱਖ ਭਰਿਆ ਜਾਂਦਾ ਵੀ ਹੋ ਕੀ ਰਿਹਾ। ਇਸ ਵਕਤ ਕਈ ਗਰੀਬ ਗੁਰਬਿਆਂ ਦੀ ਮੌਤ ਹੋਈ ਆ ਪਿਛਲੇ ਦਿਨਾਂ ਤੋਂ ਜਦੋਂ ਤੋਂ ਬੰਦ ਦਾ ਐਲਾਨ ਕੀਤਾ ਗਿਆ। ਉਹਨਾਂ ਲੋਕਾਂ ਦੇ ਲਈ ਕੱਫਣ ਆ ਜਿਹੜੇ ਉਹ ਨਹੀਂ ਜਿਹੜੇ ਮੁਹੱਈਆ ਹੁੰਦੇ ਸੀ, ਕੁਝ ਕਿਰਦਾਨੀ ਸੱਜਣਾਂ ਦੇ ਵੱਲੋਂ ਉਹ ਮੁਹੱਈਆ ਕਰਵਾਏ ਗਏ ਆ। ਉਹਨਾਂ ਸਾਰੇ ਹੀ ਲੋਕਾਂ ਦੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ। ਪਰ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਜੋ ਵਿਵਾਦ ਪੈਦਾ ਹੋਇਆ, ਉਸ ਤੋਂ ਬਾਅਦ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਖਾਲਸਾ ਜੀ ਤਾਂ ਇਸ ਦੁਨੀਆਂ ਤੋਂ ਤੁਰ ਗਏ, ਉਹਨਾਂ ਦੀ ਤਾਂ ਮੌਤ ਹੋ ਗਈ, ਪਰ ਉਹਨਾਂ ਦੀ ਜਾਣ ਤੋਂ ਬਾਅਦ ਅਸੀਂ ਜਿਉਂਦੇ ਜਾਗਦੇ ਲੋਕ, ਸਾਡੇ ਵਿੱਚੋਂ ਕਈ ਲੋਕ ਜਿਉਂਦੇ ਜਾਗਦੇ ਹੋਣ ਦੇ ਬਾਵਜੂਦ ਜਿਵੇਂ ਕਿ ਮਰੀ ਸੋਚ ਦੇ ਮਾਲਕ ਹੈ, ਇਹਦਾ ਵੀ ਪ੍ਰਗਟਾਵਾ ਹੋਇਆ। ਹਾਲਾਂਕਿ ਅੱਜ ਸਿਹਤ ਵਿਭਾਗ ਦੇ ਮੰਤਰੀ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਅੰਤਮ ਸੰਸਕਾਰ ਦੇ ਮੌਕੇ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਜੀ ਕਿ ਰਾਖ ਦੇ ਨਾਲ ਕਰੋਨਾ ਨਹੀਂ ਫੈਲਦਾ, ਹਵਾ ਦੇ ਨਾਲ ਕਰੋਨਾ ਨਹੀਂ ਫੈਲਦਾ, ਉਹਨਾਂ ਨੇ ਗੱਲ ਕਹੀ ਆ ਧੂੰਏ ਦੇ ਨਾਲ ਕਰੋਨਾ ਨਹੀਂ ਫੈਲਦਾ। ਉਹਨਾਂ ਨੇ ਕਿਹਾ ਜੀ ਕਿ ਜੇਕਰ ਅਸੀਂ ਮ੍ਰਿਤਕ ਦਾ ਮੂੰਹ ਦੇਖਦੇ ਹਾਂ, ਜੇਕਰ ਅਰਦਾਸ ਕਰਦੇ ਹਾਂ, ਜੇਕਰ ਗੁਰਬਾਣੀ ਪੜ੍ਹਦੇ ਹਾਂ, ਜੇਕਰ ਉਹਦੇ ਆਲੇ ਦੁਆਲੇ ਜਲ ਦਾ ਛਿੱਟਾ ਦਿੰਦੇ ਹਾਂ, ਇਹਦੇ ਨਾਲ ਕਰੋਨਾ ਨਹੀਂ ਫੈਲਦਾ। ਪਰ ਝੁੰਮਣਾ ਨਹੀਂ ਚਾਹੀਦਾ ਅਤੇ ਨਹਾਉਣਾ ਨਹੀਂ ਚਾਹੀਦਾ ਆਪਦੇ ਹੱਥਾਂ ਦੇ